ਭਾਈ ਜੀ ਇਹ ਜਿਹੜਾ ਕੀ ਕਾਰਨ ਬਣ ਗਿਆ ਕਿ ਤੁਸੀਂ ਨੋਟਾਂ ਨੂੰ ਵੋਟ ਪਾਉਣ ਲਈ ਲੋਕਾਂ ਨੂੰ ਕਹਿ ਰਹੇ ਹੋ ਅਸੀਂ ਇਹਦੇ ਵਿੱਚ ਇਹ ਕਟਿਆ ਕਿ ਲੋਕਾਂ ਨੂੰ ਜੇ ਆਏ ਲੱਗਦਾ ਕਿ ਸਾਡੀ ਵੋਟ ਪਾਉਂਦੇ ਕੋਈ ਮੈਨੇ ਹੁੰਦੇ ਜਾਂ ਸਾਨੂੰ ਲੱਗਦਾ ਕਿ ਸਾਡੀ ਵੋਟ ਪੈਣੀ ਚਾਹੀਦੀ ਆ ਉਹ ਨੋਟਾ ਦੱਬਿਆ ਜਾਵੇ ਤਾਂ ਕਿ ਉਹਨਾਂ ਦੀ ਜਿਹੜੀ ਵੋਟ ਆ ਵੀ ਪੈ ਜਾਏ ਤੇ ਜਿਹੜੇ ਹਾਕਮ ਆ ਉਹਨਾਂ ਨੂੰ ਰਿਜੈਕਟ ਵੀ ਕੀਤਾ ਨੋਟਾਂ ਨੂੰ ਵੋਟ ਪਾਉਂਦਾ ਫਾਇਦਾ ਕੀ ਹੋਊਗਾ ਕਿਉਂਕਿ ਜੇ ਸਰਕਾਰ ਤਾਂ ਮੰਨ ਕੇ ਚੱਲੋ ਜੇ ਥੋੜੀਆਂ ਵੋਟਾਂ ਵੀ ਪੈ ਗਈਆਂ ਨੋਟਾਂ ਨੂੰ ਵੱਧ ਪੈ ਗਈਆਂ ਦੂਜੇ ਪਾਸੇ ਵੋਟਾਂ ਘੱਟ ਵੀ ਪੈ ਗਈਆਂ ਸਰਕਾਰ ਤਾਂ ਤਾਂ ਵੀ ਕਿਸੇ ਨਾ ਕਿਸੇ ਦੀ ਬਣ ਜੂਗੀ ਆ ਵੀ ਪਾਰ ਜੇ ਇਹਦੀ ਗੱਲ ਕਰ ਲਈਏ ਮੰਨ ਲਓ ਕਹਿੰਦੇ ਸਰਕਾਰ ਬੰਦੀ ਆ ਡਬਲਯੂਟੀਓ ਨਾਮ ਦਾ ਸਮਝੌਤਾ ਕਰਿਆ 1991 ਦੇ ਦਿਨ ਉਹ ਨੀਤੀਆਂ ਲਾਗੂ ਕਰਨਗੇ ਜਾਂ ਉਹਨਾਂ ਰਿਜੈਕਟ ਕਰਨਗੇ ਇੰਨੀ ਪ੍ਰਾਈਵੇਟੇਸ਼ਨ ਹੋਈ ਵੀ ਆ ਸਰਕਾਰੀ ਹਸਪਤਾਲ ਆ ਸਰਕਾਰੀ ਸਕੂਲ ਆ ਕੀ ਜੇ ਸੰਯੁਕਤ ਸਮਾਜ ਮੋਰਚੇ ਦੀ ਸਰਕਾਰ ਬੰਦੀ ਆ ਕੀ ਉਸ ਨੂੰ ਲੈ ਕੇ ਆਉਣਗੇ ਵੋਟਾਂ ਕਿਵੇਂ ਪੈਂਦਗਾ ਵੋਟਾਂ ਪੈਂਦੀਆਂ ਪੈਸੇ ਤੋਂ ਜ਼ੋਰ ਤੇ ਆ ਤੁਹਾਡੇ ਬਠਿੰਡੇ ਤੋਂ ਹੀ ਦੇਖਿਆ ਆਊਗਾ ਕਿੰਨੇ ਅੰਚ ਵੋਟਾਂ ਜਾਣਗੇ ਤੁਸੀਂ ਕਹਿਣਗੇ ਸਿਸਟਮ ਸਾਰਾ ਹੀ ਗੰਦਲਾ ਪਿਆ ਪਰ ਇਹਨੂੰ ਇਹਦਾ ਹੱਲ ਕੀ ਆ ਸੁਧਾਰਨਾ ਤਾਂ ਪਊਗਾ ਨਾ ਅਸੀਂ 2000 ਰੁਪਏ ਦੇਵਾਂਗੇ ਅਸੀਂ ਕਿਥੇ ਉਹਨੂੰ ਤਿੰਨ ਦੇਵਾਂਗੇ ਕੋਈ ਕਹਿੰਦਾ ਅਸੀਂ ਬਿਜਲੀ ਫ੍ਰੀ ਦੇਵਾਂਗੇ ਅਸੀਂ ਲੋਕਾਂ ਨੂੰ ਨਵੀਂ ਦਿਸ਼ਾ ਦਿੱਤੀ ਆ ਉਹ ਸਿੱਧੂ ਨੇ ਪੰਜਾਬ ਮਾਡਲ ਲੈ ਕੇ ਆਂਦਾ ਹਨਾ ਉਸ ਤੋਂ ਬਾਅਦ ਦਿੱਲੀ ਮਾਡਲ ਦੀ ਗੱਲ ਕੀਤੀ ਦੋਵਾਂ ਮਾਡਲਾਂ ਚੋਂ ਤੁਹਾਨੂੰ ਕਿਹੜਾ ਮਾਡਲ ਸਹੀ ਲੱਗਦਾ ਨਹੀਂ ਤੁਹਾਨੂੰ ਜਿਹਦਾ ਠੀਕਾ ਦਿੱਤਾ ਤੇ ਮੈਂ ਛੋਟਾ ਲਾਜ ਕਰਦਾ ਇਹ ਨੰਦੂ ਸਿੱਧੂ ਤੇ ਜਿਹੜਾ ਪੰਜਾਬ ਮਾਡਲ ਆ ਉਹਨਾਂ ਮਾਡਲਾਂ ਵਰਗਾ ਮਾਡਲ ਹੀ ਆ ਕੋਈ ਨਵਾਂ ਮਾਡਲ ਨਹੀਂ ਵੇਖ ਰਹੇ ਹੋ ਡੀਨਸ ਪੰਜਾਬ ਤੇ ਮੈਂ ਤੁਹਾਡਾ ਦੋਸਤ ਦਿਲਬਖ ਜਖਮੀਤ ਆ ਦੋਸਤੋ ਪੰਜਾਬ ਦੇ ਵਿੱਚ 2022 ਦੇ ਵਿਧਾਨ ਸਭਾ ਚੋਣਾਂ ਦਾ ਸਮਾਂ ਹੈ ਤੇ ਇਸ ਸਮੇਂ ਹਰ ਕੋਈ ਬੰਦਾ ਆਪਣੀ ਆਪਣੀ ਪਾਰਟੀ ਵਾਸਤੇ ਵੋਟਾਂ ਮੰਗ ਰਿਹਾ ਤੁਹਾਨੂੰ ਦੱਸ ਦਈਏ ਕਿ ਵਿੱਚ ਕਿਹ ਅਜਿਹੀ ਜਥੇਬੰਦੀ ਵੀ ਆ ਜਿਹੜੀ ਕਿ ਨੋਟਾਂ ਨੂੰ ਵੋਟ ਪਾਉਂਦਾ ਜਿਹੜਾ ਪ੍ਰਚਾਰ ਕਰ ਰਹੀ ਹੈ ਤੇ ਮੰਗ ਕਰ ਰਹੀ ਹੈ ਕਿ ਲੋਕਾਂ ਨੂੰ ਵੋਟਾਂ ਨੂੰ ਜਿਹੜੀ ਨੋਟਾਂ ਨੂੰ ਵੱਧ ਤੋਂ ਵੱਧ ਵੋਟ ਪਾਉਣੀ ਚਾਹੀਦੀ ਆ ਸਾਡੇ ਨਾਲ ਉਸ ਯੂਨੀਅਨ ਦੇ ਇਨਸਾਨ ਨੇ ਬਾਈ ਜੀ ਨੇ ਬਾਈ ਅਮਰਜੀਤ ਖਣੀ ਜੀ ਨੇ ਕਿਰਤੀ ਕਿਸਾਨ ਯੂਨੀਅਨ ਤੋਂ ਗੱਲਬਾਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼ ਭਾਈ ਜੀ ਅਜਿਹਾ ਕੀ ਕਾਰਨ ਬਣ ਗਿਆ ਕਿ ਤੁਸੀਂ ਨੋਟਾਂ ਨੂੰ ਵੋਟ ਪਾਉਣ ਲਈ ਲੋਕਾਂ ਨੂੰ ਕਹਿ ਰਹੇ ਹੋ ਜੇ ਪਿਛਲੇ ਸਾਲਾਂ ਦੇ ਅੰਦਰ ਅਸੀਂ ਪਾਰਟੀਆਂ ਨੂੰ ਬਦਲ ਅਸਲ ਪਾਰਟੀ ਬੰਦਾ ਬਦਲਦਾ ਜਦੋਂ ਨੀਤੀਆਂ ਨਹੀਂ ਬਦਲਦੀਆਂ ਫਿਰ ਲੋਕ ਅਸੀਂ ਕਰਗੇ ਕੀ ਕਰ ਨਮਾ ਬਦਲ ਲੈ ਆ ਕੇ ਆ ਤੀਜਾ ਬਦਲ ਲੈ ਆ ਕੇ ਦਿਲੋ ਅਸੀਂ ਇਹਦੇ ਵਿੱਚੋਂ ਇਹ ਕੱਢਿਆ ਕਿ ਲੋਕਾਂ ਨੂੰ ਜੇ ਆਏ ਲੱਗਦਾ ਕਿ ਸਾਡੀ ਵੋਟ ਪਾਉਂਦੇ ਕੋਈ ਮੈਨੇ ਹੁੰਦੇ ਜਾਂ ਸਾਨੂੰ ਇਹ ਲੱਗਦਾ ਕਿ ਸਾਡੀ ਵੋਟ ਪੈਣੀ ਚਾਹੀਦੀ ਆ ਉਹ ਨੋਟਾ ਦੱਬਿਆ ਜਾਵੇ ਤਾਂ ਕਿ ਉਹਨਾਂ ਦੀ ਜਿਹੜੀ ਵੋਟ ਆ ਵੀ ਪੈ ਜਾਏ ਤੇ ਜਿਹੜੇ ਹਾਕਮ ਆ ਉਹਨਾਂ ਨੂੰ ਰਿਜੈਕਟ ਵੀ ਕੀਤਾ ਜਾ ਸਕੇ ਪਰ ਨੋਟਾ ਨੂੰ ਵੋਟ ਪਾਉਣ ਦਾ ਫਾਇਦਾ ਕੀ ਹੋਊਗਾ ਕਿਉਂਕਿ ਜੇ ਸਾਰਾ ਸਰਕਾਰ ਤਾਂ ਮੰਨ ਕੇ ਚੱਲੋ ਜੇ ਥੋੜੀਆਂ ਵੋਟਾਂ ਵੀ ਪੈ ਗਈਆਂ ਨੋਟਾ ਨੂੰ ਵੱਧ ਪੈ ਗਈਆਂ ਦੂਜੇ ਪਾਸੇ ਵੋਟਾਂ ਘੱਟ ਵੀ ਪੈ ਗਈਆਂ ਸਰਕਾਰ ਤਾਂ ਵੀ ਕਿਸੇ ਨਾ ਕਿਸੇ ਦੀ ਬਣ ਜੂਗੀ ਸਰਕਾਰ ਤਾਂ ਬਲ ਨਹੀਂ ਬਲਨੀ ਆ ਪਰ ਸਾਡੀ ਇੱਜਤ ਬੰਦੀ ਦੀ ਸਮਝ ਆ ਕਿ ਇਹ ਨਹੀਂ ਲੋਕਾਂ ਨੂੰ ਖੁੱਲਾ ਨਹੀਂ ਛੱਡਦੇ ਕਾਡਰ ਨੂੰ ਕਿ ਭਾਈ ਤੁਸੀਂ ਜਿਹਨੂੰ ਮਰਜੀ ਵੋਟ ਪਾਓ ਜੇ ਅਸੀਂ ਆਪਣੇ ਕਾਡਰ ਨੂੰ ਜੇ ਅਸੀਂ ਆਪਣੇ ਲੋਕਾਂ ਨੂੰ ਖੁੱਲਾ ਛੱਡਾਂਗੇ ਉਹ ਕਾਲੀ ਕਾਂਗਰਸੀ ਜਿਹਨੂੰ ਤਾਂ ਮਰਜੀ ਪਾਉਣਗੇ ਨਾ ਸਾਡੇ ਵਰਕਰ ਪੁੱਛਦੇ ਵੀ ਸਾਨੂੰ ਕੀ ਕਰਨਾ ਚਾਹੀਦਾ ਜਦੋਂ ਸਾਡੇ ਵਰਕਰ ਪੁੱਛਦੇ ਅਸੀਂ ਇਹ ਕਹਿੰਦੇ ਕਿ ਭਾਈ ਆਪਣੀ ਸਮਝ ਇਹ ਆ ਕਿ ਆਪਾਂ ਨੁਕਤਾ ਅੱਦ ਬਣਾ ਚਾਹੀਦਾ ਇਸਕੇ ਜਨਕਿ ਅਸੀਂ ਆਪਣੀ ਸਮਝ ਲੋਕਾਂ ਤੇ ਕਰ ਲੈ ਜਾਣੀ ਆ ਇਸ ਕਰਕੇ ਅਸੀਂ ਨੋਟਾਂ ਦਾ ਕਿਹਾ ਸੰਯੁਕਤ ਸਮਾਜ ਮੋਰਚਾ ਬਣਿਆ ਕਿਸਾਨਾਂ ਦੀ ਪਾਰਟੀ ਹੈ ਜਿੱਦਾਂ ਆਪਾਂ ਕਹਿ ਦਿੱਤੀ ਵੀ ਕੋਈ ਬਦਲ ਹੈ ਨਹੀਂਗਾ ਫਿਰ ਤਾਂ ਆਪਾਂ ਸੋਚਦੇ ਵੀ ਨੋਟਾਂ ਨੂੰ ਵੋਟ ਪਾਣੀ ਆਮ ਆਦਮੀ ਪਾਰਟੀ ਹੈ ਕਿਸਾਨਾਂ ਵਾਲੀ ਪਾਰਟੀ ਬਣਾ ਲਈ ਹੈ ਬੀਜੇਪੀ ਹੈ ਜਾਂ ਹੋਰ ਕੋਈ ਛੋਟੇ ਮੋਟੇ ਪਾਰਟੀਆਂ ਹੋਰ ਵੀ ਨੇ ਤੁਸੀਂ ਦਿਲਵਾਜੀ ਮੈਨੂੰ ਇਹ ਦੱਸੋ ਕਿ ਪਾਰਟੀ ਬਦਲ ਨਾਲ ਜਾਂ ਵਿਅਕਤੀ ਬਦਲ ਨਾਲ ਨਹੀਂ ਨਾ ਇਹ ਨੀਤੀਆਂ ਸੰਯੁਕਤ ਮੋਰਚੇ ਦੀ ਗੱਲ ਕਰ ਲਈਏ ਮੰਨ ਲਓ ਕੱਲ ਉਹਨੇ ਸਰਕਾਰ ਬਣਦੀ ਆ ਡਬਲਯੂਟੀ ਯੂਨਿਅਨ ਸਮਝੌਤਾ ਕਰਿਆ 1991 ਦੇ ਦਿਨ ਉਹ ਨੀਤੀਆਂ ਲਾਗੂ ਕਰਨਗੇ ਜਾ ਉਹਨਾਂ ਰਿਜੈਕਟ ਕਰਨਗੇ ਜਿਹੜੇ ਬਾਹਰਲੇ ਮੁਲਕਾਂ ਨਾਲ ਸਮਝੌਤੇ ਉਹਨਾਂ ਨੇ ਕੀ ਕਰਨਗੇ ਜਿੰਨੀ ਪ੍ਰਾਈਵੇਟੇਸ਼ਨ ਹੋਈ ਵੀ ਆ ਸਰਕਾਰੀ ਹਸਪਤਾਲ ਆ ਸਰਕਾਰੀ ਸਕੂਲ ਆ ਕੀ ਜੇ ਸੰਯੁਕਤ ਸਮਾਜ ਮੋਰਚੇ ਦੀ ਸਰਕਾਰ ਬੰਦੀ ਆ ਕੀ ਉਸ ਨੂੰ ਲੈ ਕੇ ਆਉਣਗੇ ਜਿੰਨੀ ਬਾਦਲ ਪਰਿਵਾਰ ਨੇ ਭ੍ਰਿਸ਼ਟਾਚਾਰ ਕਰਕੇ ਪੈਸਾ ਇਕੱਠਾ ਕੀਤਾ ਕੀ ਉਹਨੂੰ ਜ਼ਬਤ ਕਰਨਗੇ ਜਿੰਨਾ ਵਿਦੇਸ਼ੀ ਸਮਰਾਇਆ ਲੱਗਿਆ ਵਿਆ ਕੀ ਉਹਨੂੰ ਜ਼ਬਤ ਕਰਨਗੇ ਇਹ ਕਿਸੇ ਪਾਰਟੀ ਦੇ ਕੋਲ ਕੋਈ ਪ੍ਰੋਗਰਾਮ ਨਹੀਂ ਕਿ ਜਿਹੜਾ ਲੋਕਾਂ ਨੂੰ ਹੀ ਲੱਗੇ ਕਿ ਇਹ ਸਾਡੀ ਪਾਰਟੀ ਆ ਪਰ ਤੁਹਾਨੂੰ ਲੱਗਦਾ ਨਹੀਂ ਤੁਸੀਂ ਕਿਸਾਨੀ ਸੰਘਰਸ਼ ਚ ਨਾਲ ਰਹੇ ਉਹਨਾਂ ਦੇ ਤੁਹਾਡੇ ਜਥੇਬੰਦੀ ਇਹ ਗੱਲ ਕਹਿ ਸਕਦੀ ਸੀ ਵਿੱਚ ਉਹਨਾਂ ਦੇ ਜਾ ਕੇ ਰੱਖ ਸਕਦੀ ਸੀ ਕਿ ਇਹਨਾਂ ਗੱਲਾਂ ਤੇ ਵੀ ਇਹਨਾਂ ਮੰਗਾ ਤੇ ਵੀ ਗੱਲਬਾਤ ਹੋਣੀ ਚਾਹੀਦੀ ਹੈ ਤੁਸੀਂ ਤਾਂ ਉਹਨਾਂ ਦੇ ਹੀ ਸਾਰੇ ਹੋ ਦੇਖੋ ਜੀ ਮੰਗਾ ਰੱਖਣਾ ਨਹੀਂ ਹੁੰਦਾ ਉਹਦਾ ਪ੍ਰੈਕਟੀਕਲ ਹੁੰਦਾ ਜੇ ਤਿਆਰੀਆਂ ਚ ਪਤਾ ਲੱਗਦਾ ਅਸੀਂ ਉਹ ਅਦੋਲਣ ਦੇ ਅਧੀਨ ਮੁੱਦਿਆਂ ਦੇ ਦੀਨ ਇਕੱਠੇ ਹੋਏ ਵੀ ਸੀਗੇ ਉਹ ਹੁਣ ਵੀ ਮੁੱਦਿਆਂ ਦੇ ਦੀਨ ਆ ਉਥੇ ਵੀ ਇਕੱਠਿਆਂ ਜਿਹੜਾ ਪਾਰਲੀਮੈਂਟ ਸਿਸਟਮ ਆਹੀ ਇੱਕ ਸਾਡੀ ਜਥੇਬੰਦੀ ਦੀ ਸਮਝ ਆ ਅਸੀਂ ਉਹ ਸਮਝ ਮੁਤਾਬਕ ਚਾਹਦੇ ਆ ਜੇ ਅਸੀਂ ਉਹਨਾਂ ਨੂੰ ਦੇ ਵੀ ਦੇਗੇ ਪ੍ਰੋਗਰਾਮ ਉਹ ਨਹੀਂ ਸਾਥੀ ਲਾਗੂ ਕਰ ਸਕਦੇ ਕਿਉਂਕਿ ਉਹ ਜਿਹੜੀਆਂ ਪਾਰਟੀਆਂ ਬਣੀਆਂ ਉਹਦੇ ਚ ਵੀ ਲੱਗ ਲੱਗ ਪੜਦਾ ਨਾ ਕਿਸਾਨ ਸੰਗਠਨਾ ਜਿਹੜੇ ਇਹ ਕੋਈ ਧਨੀ ਕਿਸਾਨੀ ਦੀ ਨਿਵੇਦਕੀ ਕਰਦਾ ਕੋਈ ਦਰਮਿਆਨੀ ਦੀ ਕਰਦਾ ਕੋਈ ਛੋਟੀ ਦੀ ਕਿਸਾਨਾ ਐਵੇਂ ਜਿ ਕਰ ਪਾਰਲੀਮੈਂਟ ਵਾਲਾ ਅਸੀਂ ਪਾਰਲੀਮੈਂਟਰੀ ਸਿਸਟਮ ਇਹ ਸਮਝਿਆ ਨੇ ਲੋਕਤੰਤਰੀ ਢਾਂਚਾ ਨਾ ਇਹਨੂੰ ਤਾਂ ਆਪਾਂ ਕਿਵੇਂ ਕਹਿ ਸਕਦੇ ਆ ਲੋਕਤੰਤਰ ਦੇ ਨਾਲ ਲੋਕੀ ਚੋਣ ਆਪਦੀ ਮਰਜ਼ੀ ਨਾਲ ਚੁਣਦੇ ਨੇ ਕਿਸੇ ਵੀ ਕਿਸੇ ਦਾ ਨੁਮਾਇੰਦਾ ਲੋਕਤੰਤਰ ਆ ਆਜ਼ਾਦੀ ਆਪਾਂ ਐਸੀ ਕਰਕੇ ਤਾਂ ਲਈ ਆ ਸੀਧਪਤ ਸਿੰਘ ਵਰਗੇ ਨੇ ਆਪਣੀ ਕੁਰਬਾਨੀ ਦਿੱਤੀ ਐਸੀ ਚੀਜ਼ ਵਾਸਤੇ ਦੇਖੋ ਇਹ ਸਾਨੂੰ ਲੱਗ ਸਕਦਾ ਵੀ ਲੋਕਤੰਤਰ ਆ ਤੁਸੀਂ ਦੇਖਿਆ ਅੰਮਰਸਰ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਚੇਤਲੀ ਨੂੰ ਹਿਲਾਇਆ ਦੇਸ਼ ਦਾ ਵਿੱਤ ਮੰਤਰੀ ਬਣਿਆ ਮਨਮੋਹਰ ਸੋ ਰਾਜ ਸਭਾ ਮੈਂਬਰ ਤੱਕ ਦੀ ਸੀਟ ਨਹੀਂ ਲੜਿਆ 10 ਸਾਲ ਦੇਸ਼ ਦਾ ਪ੍ਰਧਾਨ ਮੰਤਰੀ ਰਿਹਾ ਇਹ ਬਣਾਇਆ ਕਿਨੇ ਇਹ ਬਣਾਏ ਜਿਹੜੇ ਸੱਤ ਸਮੁੰਦਰੋਂ ਪਾਰ ਬੈਠਿਆ ਕਾਰਪੋਰੇਟ ਕਰਾਣੀ ਉਹ ਤੈ ਕਰਦੇ ਉਹ ਸੋਡੀ ਪਾਰਲੀਮੈਂਟ ਨੂੰ ਪ੍ਰਭਾਵ ਕਰਦੇ ਆ ਵੋਟਾਂ ਕਿਵੇਂ ਪੈਂਦੀਆਂ ਵੋਟਾਂ ਪੈਂਦੀਆਂ ਪੈਸੇ ਦੇ ਜ਼ੋਰ ਤੇ ਨਾ ਆ ਤੁਹਾਡੇ ਬਠਿੰਡੇ ਤੋਂ ਹੀ ਦੇਖਿਆ ਆਊਗਾ ਕਿੰਨੇ ਆ ਚ ਵੋਟਾਂ ਜਾਣਗੀਆਂ ਵੋਟਾਂ ਪੈਂਦੀਆਂ ਵੋਟਾਂ ਪੈਂਦੀਆਂ ਕਿ ਜਿਹੜੇ ਲੋਕ ਗਰੀਬ ਪਰਿਵਾਰ ਆ ਦਲਿਤ ਪਰਿਵਾਰ ਆ ਛੋਟੀ ਕਿਸਾਨੀ ਚੋਂ ਆ ਉਹ ਕਿਸੇ ਨੇ ਕਰਜ਼ਾ ਲੈ ਲਿਆ ਜਾਂ ਕਿਸੇ ਦੇ ਮੁੰਡੇ ਕੁੜੀ ਦਾ ਰੌਲਾ ਪੈ ਗਿਆ ਉਹਦੇ ਅਧਿਨ ਵੋਟਾਂ ਪੈਂਦੀਆਂ ਇਹ ਕਹਿੰਨ ਨੂੰ ਇਹ ਕਿਹਾ ਜਾਂਦਾ ਕਿ ਡੈਮੋਕ੍ਰੇਸੀ ਆ ਕਹਿੰਨ ਨੂੰ ਕਿਹਾ ਜਾਂਦਾ ਵੀ ਸੁਧਾਰ ਤੋਂ ਉੱਤੇ ਸੋਡੇ ਸਾਲਾ ਕੁਛ ਆ ਅਸਲ ਚ ਭਾਰਤ ਦੇ ਸਮਰਾਇਦਰ ਤੇ ਜਿਹੜੇ ਬਾਹਰਲੀਆ ਵਿਦੇਸ਼ੀ ਕੰਪਨੀਆਂ ਉਹ ਚਲਾਉਂਦੇ ਆ ਤੁਸੀਂ ਕਹਿਣੋਗੇ ਸਿਸਟਮ ਸਾਰਾ ਇਹ ਗੰਦਲਾ ਪਿਆ ਪਰ ਇਹਨੂੰ ਇਹਦਾ ਹੱਲ ਕੀ ਆ ਸੁਧਾਰਨਾ ਦਾ ਪਊਗਾ ਨਾ ਦੇਖੋ ਸੁਧਾਰਨਾ ਹੈ ਪਾਰਲੀਮੈਂਟ ਰਾਹੀਂ ਨਹੀਂ ਸੁਧਰਦਾ ਅਸੀਂ ਇੱਕ ਸਾਲ ਦੋ ਸਾਲ ਚਲਾਇਆ ਇੱਕ ਸਾਲ ਚ ਤੁਹਾਡੇ ਪ੍ਰੈਸ ਨੇ ਤੁਹਾਡੀ ਅੱਖ ਨੇ ਦੇਖਿਆ ਕਿ ਅਸੀਂ ਸਿਸਟਮ ਨੂੰ ਕਿਵੇਂ ਚੇਂਜ ਕੀਤਾ ਇਹ ਸਿਸਟਮ ਨੂੰ ਚੇਂਜ ਐ ਐ ਹੋ ਜਦੋਂ ਲੋਕ ਸੜਕਾਂ ਤੇ ਜਾਣਗੇ ਹੁਣ ਮਾਰ ਲਓ ਕਿ ਜੇ ਕੋਈ ਕਹਿੰਦਾ ਕਿ ਪਾਰਲੀਮੈਂਟ ਰਾਹੀਂ ਕਰਨਾ ਪਾਰਲੀਮੈਂਟ ਰਾਹੀਂ ਜੇ ਅਸੀਂ ਕਾਨੂੰਨ ਰੱਦ ਕਰਾਉਣੇ ਹੁੰਦੇ ਪੌਣੇ 300 MP ਚਾਹੀਦਾ ਸੀ ਤੇ ਲਗਭਗ 150 ਚਾਹੀਦਾ ਸੀ ਨੂੰ ਰਾਜ ਸਭਾ ਮੈਂਬਰ ਤੇ ਉਹ ਅਦੋਲਨ ਕਿੰਨਾ ਸੀ 50 ਤੋਂ 55 ਲੋਕ ਸਭਾ ਹਲਕਿਆਂ ਦਾ ਫਿਰ ਉਹ ਪਾਰਲੀਮੈਂਟ ਵੱਡੀ ਹੋਈ ਕਿ ਜਿਹੜੇ 50 ਤੋਂ 55 ਹੋਇਆ ਜਦੋਂ ਤੁਸੀਂ ਲੋਕally ਕੁਛ ਜਾਓਗੇ ਲੋਕਾਂ ਦੇ ਅਦੋਲਨ ਨੇ ਸਭ ਕੁਝ ਬਦਲਣਾ ਇਹਨੇ ਸਭੇ ਚੇ ਬਦਲਤਾ ਪਹਿਲਾਂ ਕੀ ਚਾਦੇ ਡਾਂਗ ਵਾਲਾ ਚੱਲਦੇ ਹੁੰਦੇ ਸੀਗੇ ਐਈ ਤੇ ਅਦੋਲਨ ਚ ਕੀ ਕਿ ਲਿਆ ਪੂਰੇ ਦੇ ਪੂਰੇ ਅਦੋਲਨ ਵਾਲੇ ਚੱਲੇ ਇਹਨੇ ਸਟੇਟਿ ਬਦਲ ਕੇ ਰੱਖਤੀ ਇਹਨੇ ਭਾਈਚਾਰਾ ਬਦਲ ਕੇ ਰੱਖਤਾ ਇਹਨੇ ਸਾਰੀਆਂ ਪਾਰਟੀਆਂ ਨੂੰ ਆਪਣੀ ਉਂਗਲ ਤੇ ਨਚਾਇਆ ਕੋਈ ਪਾਰਟੀ ਦੀ ਹਿੰਮਤ ਸੀ ਕਿ ਜਿੱਦੋਂ ਸੰਜੋਤ ਮੋਚਾ ਲਾਣ ਕਰਦਾ ਸੀ ਕੋਈ ਉਹਦੀ ਲੰਗੜ ਕਰਨ ਦਾ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਨਾ ਕਿ ਕਿਸ ਜੇ ਜਾਂ ਤਾਂ ਹਾਜ਼ਰੀ ਲਾਇਓ ਤင်း ਫਿਰ ਤਿਆਰ ਰਹੋ ਇਹ ਪਹਿਲੀ ਵਾਰ ਹੋਇਆ ਨਾ ਵੀ ਉਹਨਾਂ ਨੂੰ ਮੰਨਣਾ ਪਿਆ ਐਸੀ ਕਿ ਨਹੀਂ ਵੀ ਇਸ ਤਾਕਤ ਰਾਹੀਂ ਲੋਕਾਂ ਦੀ ਪੁਗਤ ਵਾਲਾ ਸਮਾਜ ਆਉਣਾ ਜੇ ਤੁਸੀਂ ਪਾਰਲੀਮੈਂਟ ਰਾਹੀਂ ਕਹੋ ਨਹੀਂ ਹੁੰਦਾ ਪਰ ਇਹ ਕੰਪੇਨ ਬੜੇ ਵੱਖਰੇ ਤਰ੍ਹਾਂ ਦੇ ਜੀ ਤੁਸੀਂ ਲੋਕਾਂ ਦੇ ਜਾਣਦੇ ਹੋ ਲੋਕੀ ਹੈਰਾਨ ਨਹੀਂ ਹੁੰਦੇ ਜਦ ਪੁੱਛਦੇ ਵੀ ਇਹ ਤੁਸੀਂ ਕੀ ਕਰ ਰਹੇ ਹੋ ਦੇਖੋ ਜੀ ਹੈਰਾਨ ਤਾਂ ਲੋਕਾਂ ਨੇ ਹੋਣਾ ਨੇ ਜਦੋਂ ਤੁਸੀਂ ਲੋਕਾਂ ਨੂੰ ਬਦਲ ਦਿਓਗੇ ਸਾਰੀਆਂ ਪਾਰਟੀਆਂ ਕਹਿੰਦੀਆਂ ਆ ਕਿ ਅਸੀਂ ਤੁਹਾਨੂੰ ਆਟਾ ਦਾਲ ਦੇਵਾਂਗੇ ਅਸੀਂ 2000 ਰੁਪਏ ਦੇਵਾਂਗੇ ਅਸੀਂ ਤੁਹਾਨੂੰ ਤਿੰਨ ਦੇਵਾਂਗੇ ਕੋਈ ਕਹਿੰਦਾ ਅਸੀਂ ਬਿਜਲੀ ਫ੍ਰੀ ਦੇਵਾਂਗੇ ਅਸੀਂ ਲੋਕਾਂ ਨੂੰ ਨਵੀਂ ਦੇਸਾ ਦਿੱਤੀ ਆ ਇੱਥੇ ਤੁਸੀਂ ਸਣ ਤਾਂ ਖੇਤੀਬਾੜੀ ਦੀ ਲਾਓ ਖੇਤੀਬਾੜੀ ਨੂੰ ਪੈਨਾ ਸਰ ਖੜਾ ਕਰੋ ਇੱਥੋਂ ਰੋਜ਼ਗਾਰ ਦਿੱਤਾ ਜਾਂਦਾ ਖੇਤੀਬਾੜੀ ਉਹ ਹੋਣੀ ਚਾਹੀਦੀ ਹੈ ਜਿਹੜੀ ਕੁਦਰਤੀ ਤੇ ਮਨੁੱਖਸਾਲੀ ਅਸੀਂ ਇਹ ਨਵੇਂ ਪ੍ਰੋਗਰਾਮ ਲੈ ਕੇ ਗਏ ਅਸੀਂ ਕਹਿੰਦੇ ਕਿ ਇਹ ਸਕੂਲ ਆ ਜਿਹੜੇ ਸਰਕਾਰੀ ਆ ਇਹਨਾਂ ਨੂੰ ਵਧਿਆ ਬਣਾਓ ਪ੍ਰਾਈਵੇਟ ਸਕੂਲਾਂ ਨੂੰ ਬੰਦ ਕਰਕੇ ਸਰਕਾਰੀ ਲੈ ਕੇ ਕੋਈ ਪਾਰਟੀ ਨਹੀਂ ਕਹਿੰਦੀ ਇਹਸ਼ ਕਰਕੇ ਜੇ ਤੂੰ ਕੋਈ ਨਵੀਂ ਗੱਲ ਕਰਾਂਗੇ ਤਾਂ ਲੋਕਾਂ ਨੂੰ ਤਾਂ ਲੱਗੂਗੀ ਅਜੀਬ ਵੀ ਲੱਗੂਗੀ ਬਹੁਤੇ ਲੋਕਾਂ ਨੂੰ ਚਾਚਦੀ ਵੀ ਆ ਪਰ ਜਿਹੜੇ ਜਿਵੇਂ ਮੁੱਦੇ ਨੇ ਬੇਰੋਜ਼ਗਾਰੀ ਇੱਕ ਵੱਡਾ ਮੁੱਦਾ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਕੋਲੇ ਰੋਜ਼ਗਾਰ ਹੈ ਨਹੀਂ ਜਿਵੇਂ ਹੁਣ ਫਰੀ ਪਾਰਟੀਆਂ ਸਾਰੇ ਕਰਿਆ ਫਰੀ ਦੇਵਾਂਗੇ ਉਹਨਾਂ ਨੂੰ ਫਿਰ ਫਰੀ ਦੀ ਆਦਤ ਪੈ ਜਾਂਦੀ ਹੈ ਹਨਾ ਦੇਖੋ ਦਲਵਾਰ ਜੀ ਪਹਿਲੀ ਗੱਲ ਤਾਂ ਫਰੀ ਕੋਈ ਚੀਜ਼ ਹੁੰਦੀ ਨਹੀਂ ਕਿਵੇਂ ਨਹੀਂ ਹੁੰਦੀ ਕਿ ਮੰਨ ਲਓ ਤੁਸੀਂ ਮੇਰੇ ਫਾਦਰੋਂ ਮੈਂ ਤੁਹਾਨੂੰ ਕਮਾਈ ਕਰਕੇ ਦੇਣੀ ਆ ਸੋਡੀ ਜ਼ਿੰਮੇਵਾਰੀ ਆ ਮੇਰੇ ਘਰ ਵਾਲੀ ਦੀ ਮੇਰੇ ਬੱਚਿਆਂ ਨੂੰ ਸਮਾਨ ਲਿਆ ਕੇ ਦੇਣਾ ਸਰਕਾਰ ਨੂੰ ਇੱਕ ਵਿਅਕਤੀ 15 32 ਰੁਪਏ ਟੈਕਸ ਦਿੰਦਾ ਉਹ ਸਰਕਾਰ ਦੇ ਖਜ਼ਾਨੇ ਜਾਂਦੇ ਨਾ ਸਰਕਾਰ ਦੀ ਮੁਢਲੀ ਜ਼ਿੰਮੇਵਾਰੀ ਹੈ ਸਿੱਖਿਆ ਦੇਣੀ ਸਿਹਤ ਸਹੂਲਤਾਂ ਦੇਣੀ ਇਹ ਸਰਕਾਰ ਦਾ ਫਰਜ਼ ਆ ਹੁਣ ਇਹਨਾਂ ਨੇ ਉਲਟਾ ਕਰ ਦਿੱਤਾ ਕਿ ਜਦੋਂ ਚੋਣਾਂ ਆਉਣਗੇ ਲੋਕ ਕਹਿੰਦੇ ਫ੍ਰੀ ਸਾਨੂੰ ਫ੍ਰੀ ਨਹੀਂ ਚਾਹੀਦਾ ਸਾਨੂੰ ਚੰਗੀ ਸਿੱਖਿਆ ਚਾਹੀਦੀ ਚੰਗਾ ਇਲਾਜ ਚਾਹੀਦਾ ਸਾਨੂੰ ਸਾਰਾ ਕੁਝ ਵਧੀਆ ਚਾਹੀਦਾ ਵਧੀਆ ਤਾਂ ਹੋ ਕਿ ਜੇ ਸੜੀ ਇੱਕ ਪਾਲਿਸੀ ਹੁਣ ਪਾਲਿਸੀ ਕਿਹੜੀ ਆ ਕਿ ਜਿਹੜੇ ਸੰਸਾਰ ਦੇ ਵੱਡੇ ਘਰਾਣਿਆਂ ਉਹਨਾਂ ਮਤਾਂਕ ਪਹੁੰਚਿਆ ਤੁਸੀਂ ਗੱਲ ਕਰੀਏ ਬੇਰਜ਼ਗਾਰੀ ਦੀ ਇਹਦਾ ਹੱਲ ਕੀ ਆ ਪੰਜਾਬ ਖੇਤੀਬਾੜੀ ਸੂਬਾ ਜੋਨ ਮੁਤਾਬਕ ਖੇਤੀ ਕਰਾਈ ਜਾਵੇ ਜੋਨ ਮੁਤਾਬਕ ਖੇਤੀ ਕਰਾਈ ਜਦੇ ਉਹਦੇ ਮੁਤਾਬਕ ਹੀ ਕਾਰਖਾਨੇ ਲੱਗੇ ਮੰਨ ਲਓ ਬਠਿੰਡਾ ਆਪਣਾ ਮਾਲ ਆਵਾ ਪੱਟੀਆ ਕਾਟਨ ਆਲਾ ਹੈ ਇੱਥੇ ਕਾਟਨ ਫੈਕਟਰੀ ਲਾਈ ਜਾਵੇ ਤਾਂ ਕਿ ਜੇ ਤੂੰ ਕਾਟਨ ਫੈਕਟਰੀ ਲਾਉਂਗੇ ਉਹਦੇ ਵਿੱਚ ਬੰਦੇ ਨੂੰ ਕੰਮ ਮਿਲੂ ਕਿਸਾਨੀ ਦੇ ਵਿੱਚ ਜਿਹੜੇ ਪਰਿਵਾਰ ਆ ਉਹਨਾਂ ਨੂੰ ਕੰਮ ਮਿਲੂਗਾ ਹੁਣ ਕੀ ਆ ਹੁਣ ਜਿੰਨਾ ਕਾਰਖਾਨੇ ਲਾਦੇ ਆ ਉਹ ਜਿਹੜੇ ਵਿਦੇਸ਼ੀ ਲਾਉਂਦੇ ਉਹ ਲਾਉਂਦੇ ਆ ਉਹ ਆਪਣੀ ਤਕਨੀਕ ਨਾਲ ਉਹਦੇ ਹੱਥਾਂ ਨੂੰ ਤਾਂ ਕੰਮ ਘਟ ਦਿੰਦੇ ਆ ਮਸ਼ੀਨਰੀ ਕਰਨ ਕੰਮ ਆ ਜਿਹੜੇ ਬੱਚੇ ਸਾਡੇ ਬਾਹਰ ਜਾਂਦੇ ਆ ਉਹ ਬੱਚਿਆਂ ਨੂੰ ਇੱਥੇ ਰੋਜ਼ਗਾਰ ਦਿੱਤਾ ਜਾ ਸਕਦਾ ਕਿ ਜੇ ਇੱਕ ਸਰਕਾਰ ਪਾਲਿਸੀ ਲੈ ਕੇ ਆਵੇ ਉਹ ਪਾਲਿਸੀ ਸਰਕਾਰ ਕਿਸੇ ਪਾਰਟੀ ਕੋਲੇ ਨਹੀਂ ਉਹ ਕਦੀ ਨਾ ਕਹਦੇ ਹੁਣ ਸਕੂਬੀਰਵਾਦ ਨੇ ਕਹਿੰਦਾ ਕਿ ਤੁਹਾਡੇ ਬੱਚਿਆਂ ਨੂੰ ਬਾਹਰ ਭੇਜਣ ਦੀ ਖਾਤਰ 10 ਲੱਖ ਰੁਪਏ ਦੇਵਾਂਗੇ ਮੈਂ ਇਸੇ ਵੀ ਆਉਣ ਲੱਖਿਆ ਸੀ ਬਿਲਕੁਲ ਹੁਣ ਤੁਹਾਨੂੰ ਇਹ ਕਿਉਂ ਨਹੀਂ ਕਹਿੰਦੇ ਕਿ ਤੁਸੀਂ ਸੋਡੇ ਬੱਚਿਆਂ ਨੂੰ ਬਾਹਰ ਜਾਣ ਤੋਂ ਰੋਕਣ ਲਈ ਆਹ ਕਰਾਂਗੇ ਜਾਨਕਿ ਸਾਡੇ ਬੱਚਿਆਂ ਨੂੰ ਤੁਸੀਂ ਬਾਹਰ ਭੇਜਣ ਦਾ ਤਾਂ ਪ੍ਰਬੰਧ ਕਰਤਾ ਉਥੋਂ ਆਉਣ ਦਾ ਪ੍ਰਬੰਧ ਨਹੀਂ ਕਰਿਆ ਜਿੰਨਾ ਚਿਰ ਖੇਤੀ ਪੈਰਾਂ ਸਿਰ ਤੇ ਖੜਾ ਹੁੰਦਾ ਇਹਦਾ ਰਜਗਾਰ ਨਹੀਂ ਮਿਲ ਸਕਦਾ ਫਿਰ ਰਜਗਾਰ ਕਿਹੋ ਜਿਹਾ ਮਿਲਣਾ ਚਾਹੀਦਾ ਉਹ ਦੇਖਣਾ ਚਾਹੀਦਾ ਕਿ 10 ਪੜਿਆ 8 ਪੜਿਆ 5 ਪੜਿਆ ਉਹਦੀ ਯੋਗਤਾ ਦੇ ਮੁਤਾਬਕ ਅਰਜ਼ਗਾਰ ਦਿੱਤਾਵੇ ਸਾਨੂੰ ਤਾਂ ਤਾਂ ਹੀ ਲੱਗੂ ਨਾ ਕਿ ਜੇ ਤੁਹਾਡੀ ਭਾਰਤ ਦੇ ਜਾਂ ਪੰਜਾਬ ਸਰਕਾਰ ਦੀ ਆਪਣੀ ਪਾਲਿਸੀਆਂ ਹੁਣ ਪਾਲਿਸੀ ਕੀ ਹੈ ਡਬਲਯੂਟੀਓ ਦੀ ਆ ਉਹ ਕਹਿੰਦੇ ਵੀ ਸਰਕਾਰੀ ਦਾਰੇ ਦਾ ਖਤਮ ਕਰਨੇ ਪ੍ਰਾਈਵੇਟ ਬੰਦੇ ਦੀ ਮਰਜ਼ੀ ਆ ਸਾਨੂੰ ਰੱਖੇ ਚਾਹੇ ਨਾ ਰੱਖੇ ਠੀਕ ਹੈ ਨਾ ਇਸ ਕਰਕੇ ਕਹਿੰਦੇ ਕਿ ਜੇ ਰਜਗਾਰ ਦਾ ਪ੍ਰਬੰਧ ਕਰਨਾ ਤਾਂ ਆ ਜਿਹੜੀਆਂ ਨੀਤੀਆਂ ਇਹਨਾਂ ਨੀਤੀਆਂ ਨੂੰ ਬਦਲਣਾ ਪਊਗਾ ਪਰ ਇਹ ਜੀ ਨੋਟਾ ਦਾ ਬਟਨ ਦਬਕੇ ਤਾਂ ਨਹੀਂ ਹੋ ਸਕਦੇ ਤੁਸੀਂ ਤੁੰਨਾ ਪੁੱਛੀ ਤੁਸੀਂ ਆਪਦੀ ਪਾਰਟੀ ਬਣਾ ਸਕਦੇ ਦੇਖੋ ਅਸੀਂ ਵੀ ਮਿਲਾਲ ਗਏ ਮੰਨ ਲਓ ਮੈਂ ਸੀਐਮ ਬਣ ਗਿਆ ਪੰਜਾਬ ਦਾ ਡਬਲਯੂਟੀਓ ਨਾਲ ਸਮਝੌਤਾ ਕਰਿਆ ਉਹਦੇ ਸ਼ਰਤਾਂ ਨਾ ਉਹ ਸ਼ਰਤਾਂ ਨੂੰ ਇਹਨਾਂ ਮੈਂ ਲਾਂਗ ਸਕਦਾ ਜਿਹੜੇ ਵੱਡੇ ਵੱਡੇ ਪੂੰਜੀਪਤੀ ਘਰਾਣੇ ਆ ਹੁਣ ਤੁਸੀਂ ਮੈਨੂੰ ਇਹ ਦੱਸੋ ਰਿਲਾਇੰਸ ਵਾਲੇ ਕਿੱਦੇ ਚੋਣਾਂ 'ਚ ਖੜਾ ਹੋਇਆ ਗੌਰ ਅੜਾਨੀ ਆ ਉਹ ਕਿੱਦੇ ਖੜਾ ਹੋਇਆ ਸੋਡੀ ਸਾਰੀ ਪਾਰਲੀਮੈਂਟ ਨੂੰ ਉਹ ਕਮਾਉਂਦੇ ਆ ਉਂਗਲਾਂ ਤੇ ਕਿਸੇ ਪਾਰਟੀ ਦੀ ਹਿੰਮਤ ਹੈ ਨਰਿੰਦਰ ਮੋਦੀ ਨੂੰ ਉਹਨਾਂ ਨੇ ਬਹਾਇਆ ਪਹਿਲੀ ਪਸੰਦ ਸੀ ਕਿ ਸਾਊਥ ਪੰਜਾਬ ਦੀ ਬਸੰਦੀ ਉਹ ਮਰਮੋਰ ਸੇ 10 ਸਾਲ ਉਹਨਾਂ ਨੇ ਰੱਖਿਆ ਉਸ ਤੋਂ ਬਾਅਦ ਉਹਨਾਂ ਦੀ ਬਸੰਦਗੀ ਇਹੇ મોદી ਹੁਣ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਵੀ ਇਹ ਸਾਡੇ ਚੁਣੇ ਬਿਆ ਸੋਡੀ ਪੂਰੀ ਦੀ ਪੂਰੀ ਪਾਰਲੀਮੈਂਟ ਨੂੰ ਇਹ ਜਿਹੜੇ 10 12 ਘਰ ਆ ਇੱਕ ਤਾਂ ਸਾਡੇ ਇਮੇਜ ਕਰੀ ਪੰਜਾਬ ਦੀ ਸੱਤਾ ਪੰਜਾਬ ਦੀ ਸੱਤਾ ਦੇ ਵਿੱਚ ਵੀ ਜਿਹੜੇ ਪਿੰਡਾਂ ਦੇ ਵੱਡੇ ਵੱਡੇ ਜ਼ਿੰਗੀਦਾਰ ਆ ਚਾਰ ਚਾਰ ਚਾਰੋਂ ਪੰਜ ਪੰਜ ਸੌ ਕੇਲੇ ਵਾਲੇ ਜਿਹੜੇ ਪਿੰਡਾਂ ਦੇ ਵੱਡੇ ਉਹ ਵੱਡੇ ਧਣੀ ਆ ਉਹ ਸੱਤਾ ਚਲਾਉਂਦੇ ਆ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਇਹ ਸਿਸਟਮ ਐਵੇਂ ਚੱਲੂਗਾ ਹਨਾ ਕੋਈ ਕਿਸੇ ਪਾਰਟੀ ਦੀ ਸਰਕਾਰ ਆ ਜੇ ਪਰ ਇਹਨਾਂ ਕੋਈ ਕਰਨ ਦੀ ਕੀ ਲੋੜ ਆ ਜੇ ਉਹ ਸਿਸਟਮ ਨੇ ਚੱਲਣਾ ਹੀ ਐ ਇਸ ਤਰ ਤੁਸੀਂ ਆਪਣੇ ਤਿਆਰ ਵਿੱਚ ਦਾਖਲ ਦੇ ਦਿਓ 47 ਤੋਂ 7 ਬਦਲ ਨਹੀਂ ਹੈਗੇ ਨਾ ਨੀਤੀਆਂ ਦੱਸੋ ਕਿ ਨਹੀਂ ਬਦਲਣਗੀਆਂ ਮੰਨ ਲਓ ਆਪਦੀ ਸਰਕਾਰ ਆ ਗਈ ਆ ਜਿਹੜੀਆਂ ਮੈਂ ਗੱਲਾਂ ਕਰੀਆਂ ਕਿ ਜਿਹੜਾ ਸਰਕਾਰੀ ਸਕੂਲ ਆ ਉਹ ਪ੍ਰਾਈਵੇਟ ਹੋ ਜਾ ਰਹੇ ਆ ਹਸਪਤਾਲ ਪ੍ਰਾਈਵੇਟ ਹੋ ਜਾ ਰਹੇ ਆ ਔਰ ਸਾਰਾ ਬਖੋ ਕਿ ਅਸੀਂ ਜਿਹੜੀ ਪ੍ਰਾਈਵੇਟੇਸ਼ਨ ਦੀ ਨੀਤੀ ਉਹਨੂੰ ਰੱਦ ਕਰਾਂਗੇ ਕਿਹੜੀ ਪਾਰਟੀ ਕਹਿੰਦੀ ਹੈ ਕਿ ਜਿਹੜੇ ਅਸੀਂ ਸਮਝੌਤੇ ਕਰੇ ਉਹਨਾਂ ਨੂੰ ਰੱਦ ਕਰਾਂਗੇ ਕਾਨੂੰਨ ਇਹ ਕਹਿੰਦਾ ਕਿ 17 ਕਿੱਲਾਂ ਤੋਂ ਵੱਧ ਕੋਈ ਵਿਅਕਤੀ ਜ਼ਮੀਨ ਨਹੀਂ ਰੱਖ ਸਕਦਾ 4000 ਕਿੱਲਾ 5000 ਕਿੱਲਾ 10000 ਕਿੱਲਾ ਹਰ ਚਾਰ ਨੁਬਰਾੜਕਿਆਂ ਕੋਲੇ ਇਕੱਲੇ ਘੋੜਿਆਂ ਦੀ ਖੱਤ 350 ਕਿੱਲਾ ਤੇ ਉਹ ਆ ਕੇ ਕਹਿਣਗੇ ਵੀ ਅਸੀਂ ਇਹ ਜਿਹੜੀ ਥੋੜੀ ਜਿਹੀ ਜ਼ਮੀਨਾਂ ਨੂੰ 2 2 2.5 ਕਿੱਲੇ ਵਾਲਿਆਂ ਨੂੰ ਜਿਹੜੇ ਬੇਜ਼ਮੀਨੇ ਆ ਉਹਨਾਂ ਨੂੰ ਅਸੀਂ ਜ਼ਮੀਨ ਦੇਵਾਂਗੇ ਕਾਨੂੰਨ ਇਹ ਕਹਿੰਦਾ ਕਿ ਤੀਜੇ ਛੇਤੀ ਜ਼ਮੀਨਾਂ ਇਹ ਦਲਤਾਂ ਦੀ ਹੋਣੀ ਚਾਹੀਦੀ ਆ ਕਿਹੜੀ ਪਾਰਟੀ ਕਹਿੰਦੀ ਆ ਕੇ ਆ ਕੇ ਕਹੂਗੀ ਭਾਈ ਅਸੀਂ ਇਹ ਦਲਤਾਂ ਨੂੰ ਜ਼ਮੀਨ ਦੇਵਾਂਗੇ 53 ਜ਼ਮੀਨ ਤਾਂ ਜਾ ਕੇ ਕਾਰਪੋਰੇਟ ਘਟਾਣੇ ਨੂੰ ਦਿੱਤੀ ਜਾਂਦੀ ਆ ਠੀਕ ਹੈ ਨਾ ਜਿਹੜੀਆਂ ਬਾਦਲਕੇ ਪਰਿਵਾਰ ਕੋਲੇ 400 ਬਸਾ ਆਪਦੀ ਸਰਕਾਰ ਆ ਗਈ ਉਹ ਕਹੂ ਨਸ਼ੇ ਦਾ ਮੁੱਦਾ ਸੀ ਸਭ ਤੋਂ 2017 ਦੇ ਵਿੱਚ ਨਸ਼ੇ ਦਾ ਮੁੱਦਾ ਸੀਗਾ ਆਪ ਨੇ ਕਿਹਾ ਕਿ ਨਸ਼ਾ ਵੇਚਿਆ ਕੇਚਰੀ ਵਾਲਾ ਮਜੀਠ ਕੀ ਤੋਂ ਮਾਫੀ ਮੰਗਿਆ ਅਸੀਂ ਕਹਿੰਦੇ ਆ ਕਿ ਮਜੀਠੀਆ ਨਸ਼ਾ ਵੇਚਦਾ ਅਸੀਂ ਕਹਿੰਦੇ ਨਸ਼ਾ ਵੇਚਦਾ ਉਹ ਮਾਫੀ ਮੰਗ ਕੇ ਫਿਰ ਜਿਹੜੀਆਂ ਪਾਰਟੀਆਂ ਸਾਰੀਆਂ ਉਹ ਨੀਤੀਆਂ ਤੇ ਆ ਬੇਤੀ ਬਦਲ ਨਾਲ ਪਾਰਟੀ ਬਦਲ ਨਹੀਂ ਅਸਲ ਚ ਰੱਪਾ ਕਿਥੇ ਹੈ ਕਿ ਜਿੰਨਾ ਚਿਰ ਨੀਤੀਆਂ ਨਹੀਂ ਬਦਲਦੀਆਂ ਉਹਨਾਂ ਚਿਰ ਲੋਕਾਂ ਦਾ ਕੁਝ ਨਹੀਂ ਬਣਦਾ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਮਾਡਲ ਲੈ ਕੇ ਆਂਦਾ ਹਨ ਉਸ ਤੋਂ ਬਾਅਦ ਦਿੱਲੀ ਮਾਡਲ ਦੀ ਗੱਲ ਕੀਤੀ ਦੋਵਾਂ ਮਾਡਲਾਂ ਚੋਂ ਤੁਹਾਨੂੰ ਕਿਹੜਾ ਮਾਡਲ ਸਹੀ ਲੱਗਦਾ ਕੋਈ ਵੀ ਬਣਦਾ ਗੁਜਰਾਤ ਮਾਡਲ ਆ ਭਾਰਤ ਠੱਗਿਆ ਦਿੱਲੀ ਮਾਡਲ ਆ ਪੰਜਾਬ ਠੱਗਣਾ ਨਮਜੋ ਸਿੱਧੂ ਦਾ ਉਹੀ ਮਾਡਲ ਆ ਨਾ ਮੈਂ ਤੂੰ ਸਮਝ ਦੀ ਕੋਸ਼ਿਸ਼ ਕਰੋ ਉਹ ਨਮਜੋ ਸਿੱਧੂ ਉਹ ਚੱਕਰ ਦੇ ਵਿੱਚ ਆ ਉਹ ਨਮਜੋ ਸਿੱਧੂ ਕਹਿੰਦਾ ਕਿ ਜੇ ਸਾਡੀ ਸਰਕਾਰ ਆ ਗਈ ਪੀ ਆ ਮਾਡਲ ਆ ਗਿਆ ਅਸੀਂ ਨਿੱਜੀ ਕਰਨ ਦੀ ਨੀਤੀ ਨੂੰ ਖਤਮ ਕਰਾਂਗੇ ਨਮਜੋ ਸਿੱਧੂ ਦਾ ਮਾਡਲ ਇਹ ਕਹਿੰਦਾ ਕਿ ਜਿਹੜੇ ਵੱਡੇ ਵੱਡੇ ਜ਼ਿੰਗੀਦਾਰ ਆ ਉਹਨਾਂ ਦਾ ਜਿੰਨਾ ਪੈਸਾ ਇਕੱਠਾ ਕਰਿਆ ਉਹਨੂੰ ਅਸੀਂ ਸਰਕਾਰੀ ਲਾਨਾਂਗੇ ਨਮਜੋ ਸਿੱਧੂ ਇਹ ਕਹਿੰਦਾ ਕਿ ਜੇ ਸਾਡੀ ਸਰਕਾਰ ਬਣ ਗਈ ਜਿਹੜੇ ਡਬਲਯੂਟੀਓ ਨਾਲ ਸਮਝੌਤੇ ਹੋਇਆ ਉਹਨਾਂ ਦੇ ਪਿਉੜੇ ਜਿਹੜੇ ਨੂੰ ਮਨਮੋਣ ਸਨ ਪੇਗ ਕਹਿੰਦਾ ਸੀ ਨਾ ਉਹਦੀ ਪਾਰਟੀ ਨੇ 1991 ਸਮਝੌਤਾ ਰਾਦੂ ਕਰਿਆ ਜਿਹੜੀ ਪਾਰਟੀ ਮਾਂ ਹੋਵੇ ਨਾਨੀ ਹੋਵੇ ਤੇ ਉਸੇ ਪਾਰਟੀ ਦਾ ਆਗੂ ਕਹਿੰਦਾ ਕਿ ਪੰਜਾਬ ਮਾਡਲ ਦਾ ਹਸੂ ਨਹੀਂ ਗੱਲ ਮੈਂ ਹੀ ਤੁਹਾਨੂੰ ਜਹਿਰ ਦਾ ਡਿਕਾ ਦਿੱਤਾ ਤੇ ਮੈਂ ਹੀ ਤੁਹਾਡਾ ਇਲਾਜ ਕਰਦਾ ਇਹ ਨਵਜੋਤ ਸਿੱਧੂ ਤੇ ਜਿਹੜਾ ਪੰਜਾਬ ਮਾਡਲ ਆ ਉਹਨਾਂ ਮਾਡਲ ਨਾਲ ਰਕਾ ਮਟਲੀਆ ਕੋਈ ਨਵਾਂ ਬਾਡਲ ਨਹੀਂ ਅੱਛਾ ਚਲੋ ਖੇਡ ਦੇ ਵਿੱਚ ਸਾਡੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਸਮਝਾਓ ਕਿ ਨੋਟਾ ਦਾ ਬਟਨ ਦਬਾਉਣਾ ਕੀ ਫਾਇਦਾ ਹੋਸੇ ਦੇਖੋ ਇੱਕ ਤਾਂ ਸਾਡੀ ਜਥੇਬੰਦੀ ਦੀ ਕਲੀਅਰ ਐ ਸਮਝਿਆ ਸੀ ਲੋਕਾਂ ਨੂੰ ਖੁੱਲਾ ਨਹੀਂ ਛੱਡਦੇ ਜਿਵੇਂ ਦੂਜੀਆਂ ਪਾਰਟੀਆਂ ਜਥੇਬੰਦੀਆਂ ਨੇ ਕਹਿੰਦਾ ਕਿ ਭਾਈ ਬੋਟ ਪਾਉਂਦਾ ਜਿਹਨੂੰ ਮਰਜ਼ੀ ਪਾਉ। ਅਸੀਂ ਇੱਕ ਸਮਝਾ ਕੇ ਭਾਈ ਆ ਆ ਤੁਹਾਡੇ ਕੋ ਬਦਲਾ ਆਪਣੀ ਜਥੇਬੰਦੀ ਦੀ ਕੀਰਤੀ ਸਮਝਾ ਕੇ ਆਪਾਂ ਨੋਟਾ ਦਬਣਾ। ਤਾਂ ਕਿ ਉਹ ਵਿਅਕਤੀ ਨੂੰ ਇਹ ਲੱਗੇ ਵੀ ਘੱਟੋ ਘੱਟ ਸਾਡੀ ਜਥੇਬੰਦੀ ਨੇ ਕੁਝ ਕਿਹਾ। ਮੰਨ ਲਓ ਜੀ ਕਹਿੰਦੇ ਵੀ ਜਿਹਨੂੰ ਮਰਜ਼ੀ ਪਾਉ ਉਹ ਹਾਕਮਾਂ ਦੇ ਹੱਕ 'ਚ ਭੋਗਤਣਗੇ। ਇਸ ਕਰਕੇ ਅਸੀਂ ਹਾਕਮਾਂ ਦੇ ਹੱਕ 'ਚ ਭੋਗਤਣ ਦੀ ਖਾਤਰ ਕਿਹਾ ਕਿ ਜੇ ਭਾਈ ਤੁਹਾਨੂੰ ਨਹੀਂ ਸਰਦਾ ਤੁਸੀਂ ਜਾ ਕੇ ਨੋਟਾ ਦਬਿਓ। ਬਹੁਤ ਬਹੁਤ ਸ਼ੁਕਰੀਆ ਯੂ ਟਿਊਬ ਨਵਾਜੀ ਸਸਰੀ ਕਾਲ ਜੀ ਤਾਂ ਇਹ ਸਨ ਕਿਰਤੀ ਕਿਸਾਨ ਯੂਨੀਅਨ ਦੇ ਅਗੂ ਅਮਰਜੀਤ ਸਿੰਘ ਹਲੀ ਜੀ ਸੋ ਦੋਸਤੋ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਤੇ ਇਸ ਵੀਡੀਓ ਦੇ ਬਾਰੇ ਥੱਲੇ ਕਮੈਂਟ ਵੀ ਕਰੋ ਕਿ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਬਹੁਤ ਬਹੁਤ ਸ਼ੁਕਰੀਆ